ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਪ੍ਰਧਾਨ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦੇਣਾ ਇੱਕ ਵੱਡੀ ਇਤਿਹਾਸਿਕ ਘਟਨਾ ਹੈ। ਇਹ ਅਸੀਂ ਨਹੀਂ ਕਹਿ ਰਹੇ, ਕੋਈ ਅਕਾਲੀ ਲੀਡਰ ਕਹਿ ਰਿਹਾ ਹੈ। ਇਸ ਰਿਪੋਰਟ ਦੇ ਵਿੱਚ ਅਸੀਂ ਸੁਣਾਵਾਂਗੇ ਵੱਖ ਵੱਖ ਅਕਾਲੀ ਅਤੇ ਸਿੱਖ ਲੀਡਰਾਂ ਦੇ ਬਿਆਨ। ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਐਲਾਨੇ ਜਾਣ ਤੋਂ ਬਾਅਦ ਪਾਰਟੀ ਦੇ ਨਵੇਂ ਥਾਪੇ ਗਏ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਤੋਂ ਇਲਾਵਾ ਸੁਖਬੀਰ ਸਿੰਘ ਦੇ ਨਾਲ ਹਾਲੇ ਤੱਕ ਖੜ੍ਹੇ ਲੀਡਰ ਅਤੇ ਬਾਗੀ ਹੋ ਚੁੱਕੇ ਲੀਡਰ ਕੀ ਕਹਿ ਰਹੇ ਨੇ ਅਤੇ ਪਿਛਲੇ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਖ਼ਤ ਅਤੇ ਸਿਧਾਂਤਿਕ ਫੈਸਲਾ ਲੈਣ ਦੀ ਅਪੀਲ ਕਰਨ ਵਾਲੇ ਸਿੱਖ ਲੀਡਰਾਂ ਨੇ ਫੈਸਲੇ ਦਾ ਸਵਾਗਤ ਕੀਤਾ ਹੈ ਜਾਂ ਨਹੀਂ, ਇਸ ਖਾਸ ਖਬਰ ਦੇ ਵਿੱਚ ਆਪਾਂ ਇਹਨਾਂ ਸਾਰਿਆਂ ਨੂੰ ਸੁਣਾਂਗੇ। ਸਭ ਤੋਂ ਪਹਿਲਾਂ ਨਵੇਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਸੁਣਦੇ ਹਾਂ। ਬਲਵਿੰਦਰ ਸਿੰਘ ਭੁੰਦੜ ਨੇ ਖਾਲਸ ਟੀਵੀ ਨਾਲ ਗੱਲ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਉਹਨਾਂ ਦਾ ਸਿਰ ਝੁਕਦਾ ਹੈ ਅਤੇ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਸਿਰ ਮੱਥੇ ਹੈ। ਇਸ ਤੋਂ ਬਿਨਾਂ ਭੁੰਦੜ ਸਾਹਿਬ ਨੇ ਕੁਛ ਨਹੀਂ ਕਿਹਾ। ਹਰ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਕਿ ਉਹਨਾਂ ਦਾ ਸਿਰ ਝੁਕਦਾ। ਇਸ ਤੋਂ ਇਲਾਵਾ ਕਹਿੰਦੇ ਮੇਰੇ ਕੋਲ ਕਹਿਣ ਨੂੰ ਕੁਛ ਹੋਰ ਨਹੀਂ ਹੈ ਅਤੇ ਨਾ ਹੀ ਮੈਂ ਕੁਛ ਕਹਿਣਾ ਚਾਹੁੰਦਾ ਹਾਂ। ਵਿਰੋਧੀ ਧਿਰ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ 'ਤੇ ਵੀ ਉਹ ਕੁਛ ਨਹੀਂ ਕਹਿਣਾ ਚਾਹੁੰਦੇ। ਵਿਰੋਧੀ ਵੀ ਭਾਵੇਂ ਜੋ ਮਰਜ਼ੀ ਕਹੀ ਜਾਣ, ਉਹਨਾਂ ਦੀਆਂ ਗੱਲਾਂ ਦਾ ਵੀ ਕਹਿੰਦੇ ਮੈਂ ਜਵਾਬ ਨਹੀਂ ਦੇਵਾਂਗਾ। ਸਰ, ਅੱਜ ਜਿਹੜਾ ਜਥੇਦਾਰ ਸਾਹਿਬ ਨੇ ਸਜ਼ਾ ਸੁਣਾਈ ਹੈ ਸੁਖਬੀਰ ਬਾਦਲ ਜੀ ਨੂੰ, ਉਹਦੇ ਬਾਰੇ ਤੁਹਾਡਾ ਕੀ ਰਿਐਕਸ਼ਨ ਹੈ? ਸਰ, ਰਿਐਕਸ਼ਨ ਤਾਂ ਕੋਈ ਹੁੰਦਾ ਨਹੀਂ, ਜਦੋਂ ਗੁਰੂ ਦੇ ਪਾਸ ਜਾਈਏ ਉਹਦੇ ਕਿਤੇ ਸਿਰ ਝੁਕਦਾ ਹੁੰਦਾ, ਸਿਰ ਝੁਕਦਾ ਸਾਡਾ। ਵਿਰੋਧੀ ਕਹਿ ਰਹੇ ਨੇ ਕਿ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਪ੍ਰੈਜ਼ੀਡੈਂਟ ਤੋਂ। ਮੈਂ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ। ਮੈਂ ਗੁਰੂ ਦਾ ਜੋ ਤੁਸੀਂ ਪੁੱਛਿਆ ਉਹਦਾ ਆਨਸਰ ਹੈ ਕਿ ਗੁਰੂ ਦੇ ਚਰਨਾਂ ਸਾਡਾ ਸਿਰ ਝੁਕਦਾ, ਜਦੋਂ ਅਸੀਂ ਪਹਿਲਾਂ ਹੀ ਝੁਕਾਇਆ ਇਹ ਤੇ ਹੁਣ ਵੀ ਝੁਕਦਾ, ਜੋ ਫੈਸਲਾ ਸਿਰ ਮੱਥੇ ਤੇ। ਮੈਂ ਆਨਸਰ ਦਾ ਜਵਾਬ ਇੱਕੋ ਹੀ ਲਫ਼ਜ਼ ਕਹਿਣਾ, ਇੱਕ ਵਾਰ ਕਿਉਂਕਿ ਸਰ ਤੁਹਾਨੂੰ ਜ਼ਿੰਮੇਵਾਰੀ ਸੌਂਪੀ ਹੈ ਕਾਰਜਕਾਲੀ ਪ੍ਰਧਾਨ ਦੀ, ਤੇ ਤੁਹਾਡਾ ਹੁਣ ਇਸੇ ਨਾਲ ਇਹਨੂੰ ਲਾਓ ਨਾ, ਦੋਨਿਆਂ ਦਾ ਇਸ਼ੂ ਹੈ ਨਾ। ਵਿਰੋਧੀ ਮੰਨਦਾ ਕਿਸੇ ਨੂੰ ਨਾ, ਵਿਰੋਧੀ ਦਾ ਜਵਾਬ ਦੇਣਾ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਜਿਨ੍ਹਾਂ ਨੇ ਪਿਛਲੇ ਦਿਨੀ ਪੰਥਕ ਅਸੈਂਬਲੀ ਦੇ ਵੱਲੋਂ ਇਹ ਚਿੱਠੀ ਦੇ ਕੇ ਆਏ ਸਨ ਕਿ ਉਸ ਵੇਲੇ ਜਦੋਂ ਇਹ ਸਾਰਾ ਕੁਛ ਵਾਪਰਿਆ ਸੀ, ਜਦੋਂ ਵੱਡੀਆਂ ਪੰਥਕ ਭੁੱਲਾਂ ਹੋਈਆਂ ਸੀ, ਸਰਸੇ ਵਾਲੇ ਸਾਧ ਨੂੰ ਮਾਫ਼ੀ ਦਿੱਤੀ ਗਈ ਸੀ, ਤਤਕਾਲੀ ਜਥੇਦਾਰ ਜਿਹੜੇ ਵੀ ਸਨ ਉਹਨਾਂ ਨੂੰ ਵੀ ਤਲਬ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਦੀ ਵੀ ਗਵਾਹੀ ਹੈ ਜਿਹੜੀ ਉਹ ਲੈਣੀ ਚਾਹੀਦੀ ਹੈ। ਗਿਆਨੀ ਕੇਵਲ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਹਾਲਾਂਕਿ ਉਹਨਾਂ ਨੇ ਕਿਹਾ ਕਿ ਸਜ਼ਾ ਹੋਣੀ ਹਾਲੇ ਬਾਕੀ ਹੈ। ਜਥੇਦਾਰ ਨੇ ਜੋ ਕੀਤਾ ਆਪਣੇ ਵਿਚਾਰ ਕੇ ਕੀਤਾ, ਔਰ ਅੱਗੇ ਵੀ ਜੋ ਫੈਸਲਾ ਹੋਏਗਾ ਵਿਚਾਰ ਕੇ ਕਰਨਗੇ, ਸਾਨੂੰ ਵਿਸ਼ਵਾਸ ਹੈ। ਜਿਹੜੀ ਤੁਸੀਂ ਡਿਮਾਂਡ ਕੀਤੀ ਸੀ ਕਿ ਜਿਹੜੇ ਤਤਕਾਲੀ ਜਥੇਦਾਰ ਸਾਹਿਬ ਸੀਗੇ ਉਹਨਾਂ ਨੂੰ ਵੀ ਤਲਬ ਕੀਤਾ ਜਾਵੇ ਉਸ ਵਕਤ ਜਦੋਂ ਸਰਸੇ ਵਾਲੇ ਸਾਹਿਬ ਨੂੰ ਲੈ ਕੇ, ਉਹ ਤਾਂ ਸਾਡੀ ਉਹ ਮਿਲ ਜਾਂਦਾ, ਉਹਦੇ ਵਿਚਾਰ ਹੋਏਗੀ, ਲਾਜ਼ਮੀ ਹੋਏਗੀ, ਉਹ ਤਾਂ ਆਪਣੀ ਮੰਗ ਕਰਕੇ ਆਏ, ਹੋਣੀ ਵੀ ਚਾਹੀਦੀ ਉੱਥੇ ਲਾਜ਼ਮੀ। ਸੋ ਤੁਸੀਂ ਹੁਣ ਕੀ ਦੇਖਦੇ ਹੋ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ, ਉਹਨਾਂ ਨੇ ਵੀ ਕਬੂਲ ਕਰ ਲਿਆ ਕਿ ਮੈਂ ਜਿਵੇਂ ਕਿਹਾ ਗਿਆ ਉਵੇਂ ਹੀ ਆਪਦੀ ਸਜ਼ਾ ਭੁਗਤਾਂਗਾ, ਤੇ ਉਸ ਤੋਂ ਬਾਅਦ ਤੁਸੀਂ ਕੀ ਦੇਖਦੇ ਹੋ ਕਿ ਸਜ਼ਾ ਤੇ ਕੋਈ ਨਹੀਂ, ਤਨਖਾਹ ਤੇ ਕੋਈ ਆਈ ਤਾਂ ਤਨਖਾਹੀ ਕਰਾਰ ਹੀ ਦਿੱਤਾ ਹੋਏਗਾ? ਹਾਂਜੀ, ਤਨਖਾਹੀਆ ਕਰਾਰ ਦਿੱਤਾ ਤਾਂ ਉਹ ਮਤਲਬ ਉਹਨਾਂ ਨੇ ਸਜ਼ਾ ਨਹੀਂ ਹੁੰਦੀ, ਉਹ ਤਾਂ ਸਜ਼ਾ ਇਹਦੇ ਮਤਲਬ ਕਾਰਵਾਈ ਸ਼ੁਰੂ ਹੋਏਗੀ, ਗੱਲ ਅਗਲੀ ਗੱਲਬਾਤ ਚੱਲੇਗੀ, ਮਸਲਾ ਖਤਮ ਥੋੜੀ ਹੋਏਗਾ। ਜੀ ਜੀ, ਵੱਖ ਵੱਖ ਜਥੇਬੰਦੀਆਂ ਦੇ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਦੇ ਸਿਆਸੀ ਵਿੰਗ ਦੇ ਕੋਆਰਡੀਨੇਟਰ ਸੁਖਦੇਵ ਸਿੰਘ ਫਗਵਾੜਾ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ। ਇਹਨਾਂ ਦੇ ਵੱਲੋਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਮੈਦਾਨ ਦੇ ਵਿੱਚੋਂ ਲਾਂਭੇ ਕੀਤਾ ਜਾਵੇ, ਉਹਨਾਂ ਨੂੰ ਸਿਆਸਤ ਵਿੱਚ ਰਹਿਣ ਦਾ ਕੋਈ ਹੱਕ ਹੀ ਨਹੀਂ ਹੈ। ਸੁਖਦੇਵ ਸਿੰਘ ਫਗਵਾੜਾ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਕਿ ਆਖਿਰਕਾਰ ਕੀ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੋਂ ਸੰਤੁਸ਼ਟ ਹਨ, ਤਾਂ ਉਹਨਾਂ ਨੇ ਕਿਹਾ ਕਿ ਫੈਸਲਾ ਹਾਲੇ ਨਹੀਂ ਹੋਇਆ ਜ਼ਾਹਿਰ ਤੌਰ 'ਤੇ, ਹਾਲੇ ਤਾਂ ਪ੍ਰਕਿਰਿਆ ਚੱਲ ਰਹੀ ਹੈ। ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨਿਆ ਗਿਆ ਹੈ,
ਤੇ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਆਪਣੀ ਤਨਖਾਹ ਕਬੂਲ ਨਹੀਂ ਕਰ ਲੈਂਦੇ ਉਦੋਂ ਤੱਕ ਉਹ ਤਨਖਾਹੀਆਂ ਹੀ ਰਹਿਣਗੇ। ਤੇ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਦਾ ਇਹੀ ਸਟੈਂਡ ਹੈ ਕਿ ਸੁਖਬੀਰ ਸਿੰਘ ਬਾਦਲ ਭਾਵੇਂ ਜਿੰਨੀਆਂ ਮਰਜ਼ੀ ਭੁੱਲਾਂ ਬਖਸ਼ਾ ਲੈਣ ਪਰ ਉਹਨਾਂ ਨੇ ਗੁਨਾਹ ਹੀ ਇੰਨੇ ਵੱਡੇ ਕੀਤੇ ਨੇ ਕਿ ਉਹਨਾਂ ਨੂੰ ਸਿਆਸਤ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ਦੇਖੋ ਅਸੀਂ ਇਹ ਸਮਝਦੇ ਹਾਂ ਕਿ ਇਹ ਫੈਸਲਾ ਨਹੀਂ ਹੈ, ਇਹ ਇੱਕ ਪ੍ਰੋਸੈਸ ਦਾ ਪਹਿਲੀ ਸਟੇਜ ਹੈ। ਦੋਸ਼ੀ ਦੀ ਸਜ਼ਾ ਕੀ ਹੋਏਗੀ ਇਹ ਅੱਗੇ ਜਿਹੜੀ ਜ਼ਿਆਦਾ ਜਿਹੜੀ ਇੰਪੋਰਟੈਂਟ ਹੈ ਔਰ ਜਿਹਦੇ ਤੇ ਨਿਗਾਹ ਟਿੱਕੀ ਹੈ ਸਾਰੇ ਪੰਥ ਦੀ, ਉਹ ਹੈ ਕਿ ਸਜ਼ਾ ਦਾ ਫੈਸਲਾ ਕੀ ਸੁਣਾਇਆ ਜਾਏਗਾ। ਤੁਸੀਂ ਮੰਗ ਕੀਤੀ ਸੀ ਕਿ ਪੰਥਕ ਸਿਆਸਤ ਤੋਂ ਬਾਦਲਾਂ ਨੂੰ ਲਾਂਭੇ ਕੀਤਾ ਜਾਵੇ ਜਾਂ ਹੋਰ ਵੀ ਸਿੱਖ ਜਥੇਬੰਦੀਆਂ ਨੇ ਇਹ ਕਰੜੀ ਸਜ਼ਾ ਦੀ ਮੰਗ ਕਰ ਰਹੀਆਂ ਨੇ, ਸੋ ਕੀ ਤੁਹਾਨੂੰ ਲੱਗਦਾ ਕਿ ਹੋਰ ਕੀ ਸਜ਼ਾ ਹੋ ਸਕਦੀ ਹੈ? ਸੋ ਸਾਨੂੰ ਇਹ ਲੱਗਦਾ ਕਿ ਅਸੀਂ ਜੋ ਰਾਜਨੀਤਿਕ ਸਫਾਂ ਤੋਂ ਜਾਂ ਸਿੱਖ ਰਾਜਨੀਤੀ ਤੋਂ ਉਲਾਂਭੇ ਕਰਨ ਦਾ ਬਾਦਲ ਪਰਿਵਾਰ ਦੇ ਪ੍ਰਤੀ ਜੋ ਫੈਸਲੇ ਦੀ ਮੰਗ ਕਰ ਰਹੇ ਹਾਂ, ਜੋ ਅਪੀਲ ਕਰ ਰਹੇ ਹਾਂ, ਉਸ ਤੋਂ ਵੱਡੇ ਫੈਸਲੇ ਦਾ ਅਕਾਲ ਤਖ਼ਤ ਸਾਹਿਬ ਸੁਣਾਇਆ ਜਾ ਚੁੱਕਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਕੋਈ ਧਾਰਮਿਕ ਸਜ਼ਾ ਜਿਵੇਂ ਭਾਂਡੇ ਮਾਂਜਣ ਦੀ ਜਾਂ ਸਫਾਈ ਦੀ ਜਾਂ ਇਹੋ ਜਿਹੀ ਸਜ਼ਾ ਹੀ ਸੁਣਾਈ ਜਾਵੇ। ਇਸ ਤੋਂ ਘੱਟ ਗੁਨਾਹਾਂ ਤੇ ਇਸ ਤੋਂ ਵੱਡੇ ਫੈਸਲੇ ਸੁਣਾਏ ਜਾ ਚੁੱਕੇ ਨੇ, ਇਸ ਤੋਂ ਵੱਡੀ ਸਜ਼ਾ ਸੁਣਾਈ ਜਾ ਚੁੱਕੀ। ਸੋ ਇਹ ਨੌਜਵਾਨ ਤਾਂ ਕਿਸੇ ਵੀ ਹਾਲਤ ਦੇ ਵਿੱਚ ਸੁਖਬੀਰ ਬਾਦਲ ਦੀ ਸਿਆਸੀ ਅਗਵਾਈ ਚਾਹੁੰਦੇ ਹੀ ਨਹੀਂ। ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਲਗਾਤਾਰ ਮਸ਼ਰੂਫ ਸਨ, ਇਸ ਕਰਕੇ ਗੱਲਬਾਤ ਨਹੀਂ ਹੋ ਸਕੀ। ਤਰਸੇਮ ਸਿੰਘ ਹੁਣੀ ਵੀ ਪਿਛਲੇ ਦਿਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਦੇ ਕੇ ਆਏ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੀਆਂ ਗਲਤੀਆਂ ਦੇ ਲਈ ਮਿਸਾਲੀ ਸਜ਼ਾ ਦਿੱਤੀ ਜਾਵੇ। ਸੋ ਸਜ਼ਾ ਵਾਲਾ ਜਿਹੜਾ ਸਮਾਂ ਹੈ ਉਹ ਹਾਲੇ ਆਉਣਾ ਹੈ। ਹੁਣ ਜੇ ਅਕਾਲੀਆਂ ਦੇ ਬਾਗੀ ਧੜੇ ਦੀ ਗੱਲ ਕਰ ਲਈਏ ਜਿਨ੍ਹਾਂ ਨੇ ਇਹ ਸਾਰਾ ਮੁੱਦਾ ਚੁੱਕਿਆ ਹੋਇਆ, ਉਹ ਬਾਗੋ ਬਾਗ ਤਾਂ ਨਹੀਂ ਹੈ, ਅਸਤੀਫੇ ਦੀ ਮੁੜ ਮੰਗ ਕੀਤੀ ਹੈ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦਾ ਸਵਾਗਤ ਕਰ ਰਹੇ ਨੇ। ਬੀਬੀ ਜਗੀਰ ਕੌਰ, ਸੁਖਦੇਵ ਸਿੰਘ ਢੀਂਡਸਾ, ਗੁਰਪ੍ਰਤਾਪ ਸਿੰਘ ਵਡਾਲਾ, ਇਹ ਸਾਰੇ ਲੀਡਰ ਮਸ਼ਰੂਫ ਸਨ ਤਾਂ ਅਸੀਂ ਚਰਨਜੀਤ ਸਿੰਘ ਬਰਾੜ ਦੇ ਨਾਲ ਗੱਲ ਕੀਤੀ। ਚਰਨਜੀਤ ਸਿੰਘ ਬਰਾੜ ਨੇ ਖਾਲਸ TV ਨਾਲ ਗੱਲ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਹਰ ਫੈਸਲੇ ਨੂੰ ਹਰ ਸਿੱਖ ਸਿਰ ਝੁਕਾ ਕੇ ਪ੍ਰਵਾਨ ਕਰਦਾ ਹੈ, ਅਸੀਂ ਵੀ ਪ੍ਰਵਾਨ ਕਰਦੇ ਹਾਂ, ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਾਹੀਆ ਕਰਾਰ ਦੇਣਾ ਇਤਿਹਾਸ ਦੀ ਇੱਕ ਵੱਡੀ ਘਟਨਾ ਹੈ। ਸੁਖਬੀਰ ਸਿੰਘ ਬਾਦਲ ਦੇ ਸਾਬਕਾ ਸਿਆਸੀ ਸਲਾਹਕਾਰ ਨੇ ਸੁਖਬੀਰ ਨੂੰ ਬਿਨਾਂ ਮੰਗਿਆਂ ਇਹ ਵੀ ਸਲਾਹ ਦਿੱਤੀ ਕਿ ਤੁਹਾਡੇ ਕੋਲੋਂ ਜੋ ਵੀ ਗੁਨਾਹ ਹੋਏ ਨੇ ਉਹਨਾਂ ਦੀ ਲਿਖਤੀ ਰੂਪ 'ਚ ਮਾਫ਼ੀ ਮੰਗ ਲਓ। ਉਹਨਾਂ ਇੱਕ ਵਾਰੀ ਫਿਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਸਮੇਤ ਸਾਰੇ ਅਹੁਦਿਆਂ ਤੋਂ ਲਾਂਭੇ ਹੋਣ ਦੇ ਲਈ ਅਸਤੀਫਾ ਮੰਗਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਅੱਜ ਦੇ ਫੈਸਲੇ ਤੋਂ ਬਾਅਦ ਸਿਧਾਂਤਕ ਤੌਰ 'ਤੇ ਪ੍ਰਧਾਨਗੀ ਦੇ ਅਹੁਦੇ 'ਤੇ ਰਹਿਣ ਦਾ ਕੋਈ ਹੱਕ ਹੀ ਨਹੀਂ ਹੈ, ਇਸ ਕਰਕੇ ਸੁਖਬੀਰ ਬਾਦਲ ਸਾਹਿਬ ਨੂੰ ਖੁਦ ਹੀ ਅਸਤੀਫਾ ਦੇ ਦੇਣਾ ਚਾਹੀਦਾ। ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਾਹੀਆ ਕਰਾਰ ਦੇ ਦੇਣਾ ਇਹ ਇਤਿਹਾਸ ਦੇ ਵਿੱਚ ਵੱਡੀ ਇੱਕ ਸਮਝ ਲਓ ਵੱਡਾ ਫੈਸਲਾ, ਵੱਡੀ ਘਟਨਾ ਹੈ ਔਰ ਉਹਨਾਂ ਨੂੰ ਤੁਰੰਤ ਜਿਹੜਾ ਹੈਗਾ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਔਰ ਜਿਸ ਤਰ੍ਹਾਂ ਦਾ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ ਉਹਦੇ ਮੁਤਾਬਕ ਜੋ ਜੋ ਗੁਨਾਹ ਹੋਏ ਆ ਉਹਨਾਂ ਦਾ ਲਿਖਤੀ ਰੂਪ ਦੇ ਵਿੱਚ ਉਹਨਾਂ ਨੂੰ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਤੇ ਜੇ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਲੀਡਰ ਦੀ ਗੱਲ ਕਰ ਲਈਏ ਵਿਰਸਾ ਸਿੰਘ ਵਲਟੋਹਾ ਦੀ ਤਾਂ ਵਲਟੋਹਾ ਨੇ ਖਾਲਸ TV ਨਾਲ ਗੱਲ ਕਰਦਿਆਂ ਕਿਹਾ ਕਿ ਅੱਜ ਜਿਹੜਾ ਹੁਕਮ ਆਇਆ ਇਸ ਬਾਬਤ ਸੁਖਬੀਰ ਬਾਦਲ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਉਹ ਹਰ ਹੁਕਮ ਨੂੰ ਨਿਮਾਣੇ ਸਿੱਖ ਵਜੋਂ ਪ੍ਰਵਾਨ ਕਰਨਗੇ, ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਪੇਸ਼ ਹੋਣਗੇ, ਜੋ ਵੀ ਸਜ਼ਾ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਜਾਏਗੀ ਉਸ ਨੂੰ ਮੰਨਣਗੇ, ਸਜ਼ਾ ਭੁਗਤਣ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਤੋਂ ਹੀ ਉਹਨਾਂ ਨੂੰ ਦੋਸ਼ ਮੁਕਤ ਕੀਤਾ ਜਾਊਗਾ। ਅਕਾਲੀ ਸੁਧਾਰ ਲਹਿਰ ਦੇ ਲੀਡਰਾਂ ਵੱਲੋਂ ਸੁਖਬੀਰ ਬਾਦਲ ਦੇ ਫਿਰ ਅਸਤੀਫਾ ਮੰਗਣ 'ਤੇ ਵਲਟੋਹਾ ਨੇ ਕਿਹਾ ਕਿ ਜਿਹੜੇ ਅਕਾਲ ਤਖ਼ਤ ਸਾਹਿਬ ਨੂੰ ਵੀ ਡਾਇਰੈਕਸ਼ਨ ਦੇ ਸਕਦੇ ਨੇ ਉਹਨਾਂ ਸਾਹਮਣੇ ਸੁਖਬੀਰ ਕੀ ਚੀਜ਼ ਹੈ। ਉਹ ਸੁਖਬੀਰ ਬਾਦਲ ਨੂੰ ਵੀ ਡਾਇਰੈਕਸ਼ਨ ਦੇ ਰਹੇ ਨੇ ਕਿ ਤੁਸੀਂ ਇੰਝ ਕਰੋ ਅਤੇ ਉਂਝ ਕਰੋ, ਉਹ ਕਹਿੰਦੇ ਸਿੱਖ ਪਰੰਪਰਾਵਾਂ ਤੋਂ ਕੋਰੇ ਨੇ। ਵਲਟੋਹਾ ਕਹਿੰਦੇ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਬਾਬਾ ਫੂਲਾ ਸਿੰਘ ਨੇ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਲਈ ਕਿਹਾ ਸੀ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਕੋਈ ਆਪਣੀ ਉਪਾਧੀ ਛੱਡ ਕੇ ਪੇਸ਼ ਨਹੀਂ ਸੀ ਹੋਏ, ਉਸ ਵਕਤ ਵੀ ਮਹਾਰਾਜੇ ਦਾ ਅਹੁਦਾ ਉਹਨਾਂ ਕੋਲ ਸੀ।
ਉਹਨਾਂ ਵੀ ਮੰਨਿਆ ਕਿ ਸੁਖਬੀਰ ਸਿੰਘ ਬਾਦਲ ਕੋਲੋਂ ਪੰਥਕ ਭੁੱਲ ਹੋਈ ਹੈ, ਇਸ ਲਈ ਅਕਾਲ ਤਖ਼ਤ ਸਾਹਿਬ ਨੇ ਤਨਖਾਹੀਆ ਕਰਾਰ ਦਿੱਤਾ ਅਤੇ ਸੁਖਬੀਰ ਤਨਖਾਹ ਲਗਵਾ ਕੇ ਸਿੱਖ ਸਮਾਜ ਦਾ ਹਿੱਸਾ ਜ਼ਰੂਰ ਬਣਨਗੇ। ਤਲਬ ਕੀਤੇ ਗਏ ਬਾਕੀ ਸਾਬਕਾ ਸਿੱਖ ਮੰਤਰੀਆਂ ਤੇ ਵੀ ਵਲਟੋਹਾ ਚੁਟਕੀ ਲੈ ਗਏ। ਜੋ ਵੀ ਹੁਕਮ ਆਇਆ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਬਾਬਤ ਹੀ ਹੈ, ਔਰ ਉਹਨਾਂ ਨੇ ਵੀ ਪਹਿਲੋਂ ਇਹੀ ਨਿਮਰਤਾ ਸਾਹਿਬ ਪੇਸ਼ ਹੋ ਕੇ ਕਿਹਾ ਸੀਗਾ ਕਿ ਜੋ ਵੀ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਹੋਏਗਾ ਉਹ ਮੈਂ ਤੇਰੇ ਮੱਥੇ ਪ੍ਰਵਾਨ ਕਰਾਂਗਾ। ਅੱਜ ਉਹਨਾਂ ਨੂੰ ਜਿਹੜਾ ਆ ਤਨਖਾਹੀਆ ਕਰਾਰ ਦਿੱਤਾ ਗਿਆ ਹੈ ਉਹ ਨਾਲ ਹੁਕਮ ਕੀਤਾ ਗਿਆ ਪੇਸ਼ ਹੋਣ ਵਾਸਤੇ, ਪਰ ਜਦੋਂ ਉਹ ਪੇਸ਼ ਹੋਣਗੇ ਤੇ ਉਸ ਸਮੇਂ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਤਹਿਸੀਲ ਤੋਂ ਖੜ ਕੇ ਜਿਹੜਾ ਆ ਬਕਾਇਦਾ ਐਲਾਨ ਕੀਤਾ ਜਾਏਗਾ ਕਿ ਤੁਸੀਂ ਇਸ ਹਸਤੇ ਵਿੱਚ ਆਹ ਤੁਹਾਡੇ ਕੋਲੋਂ ਗੁਨਾਹ ਹੋਇਆ ਜਾਂ ਦੋਸ਼ ਹੋਇਆ ਜਾਂ ਤੁਹਾਡੇ ਕੋਲੋਂ ਪੰਥਕ ਪਰੰਪਰਾ ਰਵਾਇਤਾਂ ਜਾਂ ਮਰਿਆਦਾ ਦੀ ਉਲੰਘਣਾ ਹੋਈ ਹੈ ਤੇ ਉਹ ਫਿਰ ਜਿਹੜਾ ਉੱਥੇ ਜਿਹੜਾ ਆ ਸੁਖਬੀਰ ਸਿੰਘ ਬਾਦਲ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਖੜੋਤੇ ਹੋਣਗੇ ਤੇ ਫਿਰ ਉੱਥੇ ਜਿਹੜਾ ਉਹਨਾਂ ਨੂੰ ਅਗਲੀ ਜਿਹੜੀ ਪ੍ਰਕਿਰਿਆ ਪੂਰੀ ਕਰਦਿਆਂ ਹੋਇਆਂ ਜਿਹੜਾ ਆ ਜਿਹੜੀ ਸਜ਼ਾ ਹੁੰਦੀ ਹੈ ਉਹ ਸਿੰਘ ਸਾਹਿਬਾਨ ਵੱਲੋਂ ਲਗਾਈ ਜਾਵੇਗੀ, ਔਰ ਉਹ ਸਜ਼ਾ ਭੁਗਤਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ ਆ ਉਹਨਾਂ ਨੂੰ ਬਕਾਇਦਾ ਜਿਹੜਾ ਆ ਪਹੁੰਚੇ ਜਿਹੜਾ ਦੋਸ਼ ਮੁਕਤ ਕੀਤਾ ਜਾਏਗਾ। ਤੇ ਸੁਖਬੀਰ ਸਿੰਘ ਬਾਦਲ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਮਨਜ਼ੂਰ ਕਰ ਚੁੱਕੇ ਨੇ ਕਿ ਮੈਂ ਸੀਸ ਝੁਕਾ ਕੇ ਅਕਾਲ ਤਖ਼ਤ ਸਾਹਿਬ ਦੇ ਹਰ ਫੈਸਲੇ ਨੂੰ ਮੰਨਾਂਗਾ ਤੇ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਿਕ ਮੈਂ ਛੇਤੀ ਹੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਆਪਣੀਆਂ ਗਲਤੀਆਂ ਦੀ ਖਿਮਾ ਯਾਚਨਾ ਕਰਾਂਗਾ।